शेरे पंजाब महाराजा रणजीत सिंह जी की 184वीं बरसी अज उन्हां दे शाही महल दीनानगर विखे पूरी श्रद्धा भावना दे नाल मनाएगी। विरासती मंच बटाला दे वल्लों करवाए गए प्रभावशाली समागम दे विच संगतां ने अपनी हाजरी भरी अते महाराजा रणजीत सिंह जी दे शाही तख्त ते रखी उन्हां दी तस्वीर दे उपर फुल भेंट किते। इस मौके दे उत्ते किस तरीके दे नाल लोकां दे वल्लों इस दिहाड़े नूं मनाया गया, इस दे वल वी नज़र करांगे। बहुत ज़्यादा इंपोर्टेंस है क्योंकि सिख राज लाहौर दरबार की जो गल करती है लाहौर तो बाद दीनानगर का नाम आ जाता है क्योंकि इतने जो 1811-12 के महाराजा रणजीत सिंह ने दीनानगर शहर को अपने कब्जे हेठ लिया तो उदो ही ये जी बारादरी की तमीर उन्होंने करवाई है। बारादरी इसते सब तो वड्डी गल कि इतने 18 जी कश्मीर की जी चढ़ाई की सी उहदी विरोधबंदी इतने रची गई। 1831 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਰੋਪੜ ਵਿਖੇ ਜਿਹੜਾ ਵਾਇਸ ਰਾਏ ਸੀ ਬ੍ਰਿਟਿਸ਼ ਇੰਡੀਆ ਦਾ ਉਹਦੇ ਨਾਲ ਜਿਹੜੀ ਮੁਲਾਕਾਤ ਦਾ ਜਿਹੜਾ ਸਾਰੀ ਵਿਉਂਤੀ ਉਹ ਵੀ ਇੱਥੇ ਤੈਅ ਹੋਈ। ਸਭ ਤੋਂ ਖਾਸ ਗੱਲ 1838 ਦੇ ਵਿੱਚ ਮਈ ਜੂਨ ਦੇ ਮਹੀਨੇ ਲਾਸਟ ਮਈ ਦੇ ਵਿੱਚ ਇੱਥੇ ਇੱਕ ਵਫਦ ਆਉਂਦਾ ਵਾ ਮੈਕਨੈਟਨ ਵਫਦ ਉਹਦੇ ਵਿੱਚ ਉਹਨੂੰ ਤ੍ਰੇਦੇਸੀ ਸੰਧੀ ਹੋਈ ਤਿੰਨ ਦੇਸ਼ਾਂ ਦੀ ਸੰਧੀ ਹੁੰਦੀ ਇੱਥੇ ਹੁੰਦੀ ਹੈ ਜਿਸ 'ਚ ਬ੍ਰਿਟਿਸ਼ ਇੰਡੀਆ ਲਾਹੌਰ ਦਰਬਾਰ ਅਤੇ ਅਫਗਾਨਿਸਤਾਨ ਦੇ ਜਿਹੜੇ ਸ਼ਾਸਕ ਸੀ ਜਿਹੜੇ ਸ਼ਾਹ ਸੁਜਾ ਉਹਨੂੰ ਤਖ਼ਤ 'ਤੇ ਬਿਠਾਉਣ ਦੀ ਜਿਹੜੀ ਵਿਉਂਤਬੰਦੀ ਆ ਜਾਂ ਜਿਹੜੀ ਗੱਲਬਾਤ ਉਹ ਇੱਥੇ ਹੁੰਦੀ ਆ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦਾ ਜਿਹੜਾ ਗਵਾਹ ਵਾ ਇਹ ਬਾਰਾਂਦਰੀ ਦਾ ਹੀ ਹੈ। ਹੁਣ ਤਾਂ ਇਹਦੀ ਹੋਂਦ ਬਿਲਕੁਲ ਖਤਮ ਹੀ ਆ ਜੀ। ਹੁਣ ਤੁਸੀਂ ਦੇਖੋ ਛਾਪੇ ਦੀ ਕੋਈ ਨਹੀਂ ਰਹੀ, ਸਿਰਫ ਕੰਧਾਂ ਰਹਿ ਗਈਆਂ। ਕੰਧਾਂ 'ਚ ਵੀ ਤਰੇੜਾਂ ਆ ਗਈਆਂ ਵਾ, ਇਹਦੀਆਂ ਡਾਟ ਸਿਸਟਮ ਹੁੰਦਾ ਜਦੋਂ ਇੱਕ ਇੱਟ ਨਿਕਲ ਜਾਂਦੀ ਡਾਟ ਵਿੱਚੋਂ ਉਹ ਉਹਨੂੰ ਢਹਿਣ ਲੱਗਿਆ ਦੇਰ ਨਹੀਂ ਲੱਗਦੀ। ਸੋ ਉਹ ਡਾਟਾਂ ਵੀ ਨੁਕਸਾਨੀਆਂ ਗਈਆਂ ਨੇ, ਸਿਰਫ ਉਹ ਢਾਂਚਾ ਥੋੜ੍ਹਾ ਬਹੁਤਾ ਖੜਾ ਵਾ, ਪਰ ਇਹ ਆ ਜੇ ਅਜੇ ਵੀ ਇਹਨੂੰ ਸਰਕਾਰ ਸਾਂਭਣਾ ਚਾਹੇ ਤਾਂ ਇਹਨੂੰ ਇਹਦੀ ਸੰਭਾਲ ਕੀਤੀ ਜਾ ਸਕਦੀ। ਸਾਡੀ ਤਾਂ ਉਮੀਦ ਵੇਖੋ ਅਸੀਂ ਤਾਂ ਪੋਜ਼ਿਟਿਵ ਹੀ ਸੋਚਦੇ ਹਾਂ ਕਿਉਂਕਿ ਸਰਕਾਰ ਨੇ 2010 ਦੇ ਵਿੱਚ ਇਹਨੂੰ ਪ੍ਰੋਟੈਕਟਡ ਮੋਨੂਮੈਂਟ ਘੋਸ਼ਿਤ ਕੀਤਾ ਹੋਇਆ ਵਾ। ਜਿੱਥੇ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਇਹਨੂੰ ਹੁਣ ਇੱਥੇ ਤੱਕ ਪਹੁੰਚਣ ਦਾ ਰਸਤਾ ਲਿਆ ਜਾ ਰਿਹਾ ਵਾ, ਉਹਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ। ਸਾਡੀ ਅਧਿਕਾਰੀਆਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀ ਕਿ ਜਦੋਂ ਰਸਤਾ ਆਪਾਂ ਅਕਵਾਇਰ ਕਰ ਲਿਆ ਉਸ ਤੋਂ ਬਾਅਦ ਇਹਦੀ ਜਿਹੜੀ ਉਹ ਜੋ ਵੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸੋ ਉਮੀਦ ਕੀਤੀ ਜਾਣੀ ਹੈ ਕਿ ਅਗਲੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਆਉਣ ਵਾਲੀ ਆ ਉਦੋਂ ਤੱਕ ਪ੍ਰਮਾਤਮਾ ਕਰੇ ਕੁਝ ਚੰਗਾ ਹੋਵੇ ਅਤੇ ਇੱਥੇ ਕੁਝ ਨਾ ਕੁਝ ਇਹਦੀ ਮੁਰੰਮਤ ਦਾ ਕੰਮ ਚੱਲਦਾ ਹੋਵੇ ਜਾਂ ਮੁਰੰਮਤ ਹੋ ਚੁੱਕੀ ਹੋਵੇ। ਇਹ ਤਾਂ ਅਸੀਂ ਲੋਕਾਂ ਤੱਕ ਇਹਨੂੰ ਪਹੁੰਚਾਉਣਾ ਆ ਜੀ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਕਦੀ ਸਮਰ ਪੈਲਸ ਹੁੰਦਾ ਸੀ, ਗਰਮੀਆਂ ਦੀ ਰਾਜਧਾਨੀ ਸੀ, ਉਹ ਇੱਥੇ ਰਹਿੰਦੇ ਹੁੰਦੇ ਸੀ, ਬੜੇ ਬੜੇ ਵੱਡੇ ਇੱਥੋਂ ਫੈਸਲੇ ਕਰਦੇ ਹੁੰਦੇ ਸੀ। ਇਹ ਲੋਕਾਂ ਤੱਕ ਪਹੁੰਚਾਉਣਾ ਹੀ ਸਾਡਾ ਮੁੱਖ ਮਕਸਦ ਹੈ ਜੀ ਇਹਦਾ। ਇਹ ਸਾਰੀਆਂ ਸੰਸਥਾ ਚਾਹੇ ਧਾਰਮਿਕ ਹੋਏ ਜੀ ਚਾਹੇ ਕੋਈ ਵੀ ਹੋਵੇ ਸਰਕਾਰਾਂ ਹੋਣ, ਸਾਰਿਆਂ ਨੇ ਇਸ ਨੂੰ ਅਣਗੌਲਿਆ ਜੀ। ਜੇ ਅਣਗੌਲਿਆ ਨਾ ਹੁੰਦਾ ਤਾਂ ਇਹਦੀ ਇਹ ਹਾਲਤ ਨਾ ਹੁੰਦੀ। ਜਦੋਂ ਕਹਿੰਦੇ ਚਾਹੁੰਦੇ ਹਾਂ ਕਿ ਆਪਣੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ। ਜਿਹੜੀਆਂ ਕੌਮਾਂ ਜੇ ਇਤਿਹਾਸ ਭੁੱਲ ਜਾਂਦੀਆਂ ਉਹ ਕੌਮਾਂ ਹੀ ਖਤਮ ਹੋ ਜਾਂਦੀਆਂ ਨੇ। ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਇਤਿਹਾਸ ਤੋਂ ਜਾਣੂ ਹੋਣ ਅਤੇ ਆਪਣਾ ਯੋਗਦਾਨ ਇਹਨਾਂ ਚੀਜ਼ਾਂ ਵਿੱਚ ਪਾਉਣ। ਟੀਮ ਵੱਲੋਂ ਇੰਦਰਜੀਤ ਸਿੰਘ ਹਰਪੁਰਾ ਜਿਹੜੇ ਸਾਡੇ ਸੀਨੀਅਰ ਮੈਂਬਰ ਜੇ ਉਹਨਾਂ ਦੀ ਅਗਵਾਈ ਹੇਠ ਅਤੇ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਅੱਜ ਆਪਾਂ ਦੀਨਾਨਗਰ ਜਿਹੜਾ ਬਾਰਾਦਰੀ ਮਹਿਲ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਿਹੜੀ ਗਰਮੀਆਂ ਦੀ ਰਾਜਧਾਨੀ ਮੰਨੀ ਜਾਂਦੀ ਹੈ ਇੱਥੇ ਆਪਾਂ ਇਕਰਤਿਤ ਹੋਏ ਹਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ। ਅਤੇ ਜਿਹੜੀ ਵਿਰਾਸਤ ਦੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਸਾਡੇ ਵਿੱਚ ਵੀ ਨੇ, ਸਾਡੀ ਕੌਮ 'ਚ ਵੀ ਕਮੀਆਂ ਨੇ। ਅਤੇ ਉਹਨਾਂ ਕਮੀਆਂ ਕਰਕੇ ਹੀ ਅੱਜ ਸਾਡੀ ਵਿਰਾਸਤ ਜਿਹੜੀ ਅਸੀਂ ਆਪਾਂ ਨਹੀਂ ਸਾਂਭ ਸਕੇ, ਪਰ ਹੁਣ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ, ਸਰਕਾਰ ਨੂੰ ਜਾਗਰੂਕ ਕਰ ਰਹੇ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਵਿਰਾਸਤਾਂ ਨੂੰ ਬਚਾ ਕੇ ਦੁਬਾਰਾ ਇਸਟੈਬਲਿਸ਼ ਕਰਕੇ ਪੂਰੀ ਦੁਨੀਆ ਨੂੰ ਦੱਸ ਸਕੀਏ ਕਿ ਅਸੀਂ ਸਾਡੀ ਜਿਹੜੀ ਕੌਮ ਆ ਜਾਂ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਉਹ ਕਿੱਡਾ ਅਹਿਮੀਅਤ ਰੱਖਦਾ ਸਮਾਜ ਦੇ ਸਿਸਟਮ ਦੇ ਵਿੱਚ।